ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸੰਦੀਪ ਡੇਈ ਫਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ। ਅਤੇ ਵੀਜੇ ਜੀ ਆਪਾਂ ਪਹੁੰਚ ਚੁੱਕੇ ਹਾਂ ਪਿੰਡ ਗ੍ਰੰਥਗੜ੍ਹ, ਜ਼ਿਲ੍ਹਾ ਗੁਰਦਾਸਪੁਰ ਦਾ ਜੀ, ਤਹਿਸੀਲ ਬਟਾਲਾ। ਇਹਦਾ ਵੀਰੋ ਪਹਿਲੀ ਵੀਡੀਓ ਬਣਾ ਲੈਂਗੇ ਜੀ, ਆਪਾਂ ਵਪਾਰ ਦਾ ਕੰਮ ਕਰਦੇ ਬਾਈ ਹੋਣੀ, ਅਤੇ ਅੱਜ ਤਿੰਨ ਝੋਟੀਆਂ ਖਾਵਾਂਗੇ ਜੀ, ਚੰਗੀਆਂ ਝੋਟੀਆਂ। ਅਤੇ ਆਓ ਹੁਣ ਆਪਾਂ ਵੀਰੋ ਨਾਲ ਗੱਲਬਾਤ ਕਰੀਏ ਅਤੇ ਵੀਡੀਓ ਸ਼ੁਰੂ ਕਰੀਏ ਜੀ। ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸੰਦੀਪ ਸਾਹਿਬ, ਫਿਰ ਤੁਹਾਡਾ ਬਹੁਤ ਬਹੁਤ ਸਵਾਗਤ ਤੁਹਾਡਾ ਜੀ। ਧੰਨਵਾਦ ਜੀ, ਤੁਹਾਡੇ ਦਰਸ਼ਨ ਹੋ ਗਏ ਆ ਸੰਦੀਪ ਜੀ। ਹੋਰ ਸਭ ਠੀਕ ਠਾਕ ਜੀ? ਵਾਹ ਕਿਰਪਾ ਵਾਹਿਗੁਰੂ। ਵਾਹ ਟਾਈਮ ਹੋ ਗਿਆ ਕੰਮ ਕਰਦੇ ਨੂੰ ਜੀ? ਵਾਹਵਾ ਚਿਰ ਟਾਈਮ ਹੋ ਗਿਆ। ਠੀਕ ਹੈ, ਬਾਹਰ ਤੋਂ ਲੈ ਕੇ ਮਈਆਂ ਕਿ ਇੱਥੋਂ ਲੋਕਲ ਖਰੀਦ? ਇੱਥੋਂ ਹਰਿਆਣੇ ਤੋਂ ਲਿਆਈ ਦੀਆਂ ਵੀਰ ਜੀ। ਅੱਛਾ, ਹਰਿਆਣੇ ਤੋਂ ਲੈ ਕੇ ਆਉਂਦੇ? ਹਾਂਜੀ ਹਾਂਜੀ। ਠੀਕ, ਕਿਹੜੀ ਜਗ੍ਹਾ ਤੋਂ ਜੀ ਫਿਰ? ਇਹ ਇੱਧਰੋਂ ਜੀਂਦਲ ਤੋਂ ਸਹਾਰਨ ਤੋਂ ਲਿਆਈ ਦੀਆਂ ਜੀ। ਅੱਛਾ, ਉੱਧਰੋਂ ਲੈ ਕੇ ਆਉਂਦੇ? ਹਾਂਜੀ ਹਾਂਜੀ। ਠੀਕ, ਕਿੰਨੇ ਟਾਈਮ ਹੋ ਗਿਆ ਵੇ ਕੰਮ ਕਰਦੇ ਨੂੰ? ਸਾਨੂੰ ਹੋ ਗਏ 14-15 ਸਾਲ। ਫਿਰ ਤਾਂ ਬਹੁਤ ਟਾਈਮ ਹੋ ਗਿਆ ਜੀ। ਹਾਂਜੀ, ਕਾਫੀ ਟਾਈਮ। ਕੱਲਾ ਮੱਝਾਂ ਦੀ ਕੰਮ ਕਰਦੇ? ਮੱਝਾਂ ਗਾਈਆਂ ਦੇ ਸਭ ਕੁਝ ਜੋ ਮਿਲ ਜੇ, ਸਾਰਾ ਕੁਝ ਮਿਲ ਜੇ? ਚਲੋ ਅੱਛਾ, ਗਾਂ ਮਿਲ ਜੇ, ਮੱਝ ਮਿਲ ਜੇ? ਹਾਂ ਬਿਲਕੁਲ ਜੀ, ਬਿਲਕੁਲ। ਤੇ ਤਿੰਨ ਝੋਟੀਆਂ ਸੀ ਲੈ ਜੀ? ਹਾਂਜੀ, ਤਿੰਨ ਵੀਰ ਜੀ। ਇੱਕ ਐਡਰੈਸ ਬੋਲ ਦਿਓ ਤੁਸੀਂ ਆਪਣਾ। ਨਾਂ ਆਪਣਾ ਵੀਰ ਜੀ ਤਰਸੇਮ ਸਿੰਘ। ਹਾਂਜੀ, ਪਿੰਡ ਗ੍ਰੰਥਗੜ੍ਹ, ਤਹਿਸੀਲ ਬਟਾਲਾ, ਜ਼ਿਲ੍ਹਾ ਗੁਰਦਾਸਪੁਰ। ਠੀਕ, ਇਹ ਕਿਹੜੇ ਰੋਡ ਤੇ ਰਹਿ ਗਏ ਵੀਰ ਜੀ? ਇਹ ਆਪਣਾ ਰੋਡ ਵੀਰ ਜੀ ਬਟਾਲਿਓ ਕਾਦੀਆਂ ਰੋਡ ਤੇ। ਹਾਂਜੀ, ਕਾਦੀਆਂ ਰੋਡ ਤੇ ਬਟਾਲਾ ਗ੍ਰੰਥੀਆਂ ਪੈਂਦਾ। ਹਾਂਜੀ, 200 ਕਿਲੋਮੀਟਰ ਪਿੰਡ ਆਪਣਾ ਗ੍ਰੰਥਗੜ੍ਹ। ਇਧਰੋਂ ਕਾਦੀਆਂ ਸ਼ਹਿਰ ਲਾਗੋਂ ਵੀ ਬਟਾਲਾ ਗ੍ਰੰਥੀਆਂ ਆਉਂਦਾ ਸੈਂਟਰ ਚ। ਹਾਂਜੀ ਹਾਂਜੀ, ਤੇ ਪਿੰਡ ਆਪਣਾ ਕਿਲੋਮੀਟਰ ਆ। ਚਲੋ ਠੀਕ ਹੈ, ਤੇ ਨੰਬਰ ਬੋਲ ਦਿਓ ਆਪਣਾ। ਨੰਬਰ ਆਪਣਾ 8264 ਚਵਾਜੂ ਬਿਲਕੁਲ ਵਧੀਆ ਚਵਾ, ਇੱਕ ਨੰਬਰ ਦੇ ਛਿੰਗ ਛੰਗ ਵੇਖ ਲਓ, ਐ ਟੋਕੇ ਲੱਗੇ ਆ। ਠੀਕ ਹੈ, ਤੇ ਬੱਚਾ ਮਗਰ ਕੀ ਆ ਗਿਆ? ਬੱਚਾ ਮਗਰ ਇਹਦੇ ਵੀਰ ਜੀ ਕਟਾ ਵਾ। ਖੋਲੋ ਫਿਰ। ਹਾਂਜੀ, ਤੇ ਲਓ ਜੀ, ਦੇਖੋ ਸੋਹਣੀ ਝੋਟੀ ਆ ਤੇ ਨਸਲ ਬਹੁਤ ਝੋਟੀ ਦੇ। ਤੇ ਦੇਖੋ ਸਾਰਾ ਮਾਲ ਹੀ ਹਰਿਆਣਾ ਤੋਂ ਲੈ ਕੇ ਆਂਦਾ ਵੀਰ ਹੋਣਾ ਨੇ। ਵੈਸੇ ਤੁਹਾਡਾ ਇਲਾਕਾ ਸਾਰਾ ਹਰਿਆਣੇ ਤੋਂ ਹੀ ਆਂਦਾ ਦਾ ਮਾਲ ਲੈ ਕੇ ਨੀ ਜੀ? ਆ ਦੇ ਤੇ ਢੋਰ ਨੂੰ ਮੇਰਾ ਵੀਰ ਤੈਨੂੰ। ਹਾਂਜੀ ਬਾਜੀ, ਹੋਰ ਵਧੂ ਗਿਆ ਜੀ ਝੋਟੀ? ਹਾਂਜੀ ਵੀਰ ਜੀ, ਵੱਧ ਜਾਣੀ ਹਾਲੇ ਥੋੜੇ ਦਿਨਾਂ ਦੇ ਬੱਚੇ ਆ ਤੁਹਾਡੇ ਸਾਹਮਣੇ। ਹਾਂਜੀ ਹਾਂ, ਬਿਲਕੁਲ ਬਿਲਕੁਲ, ਤਾਜ਼ੇ ਬੱਚੇ ਜੀ ਇਹਦੇ। ਹਾਂਜੀ, ਬਾਕੀ ਵੀਰ ਜੀ ਆਪਾਂ ਇਹਦਾ ਰੇਟ ਜਿਹੜਾ ਜਾਇਜ਼ ਪਾਉਣਾ, ਜਾਇਜ਼ ਹੀ ਬਸ। ਪਹਿਲੀ ਵੀਡੀਓ ਤੁਹਾਡੇ ਚੈਨਲ ਤੇ ਪਾਉਣ ਲੱਗੇ, ਬਾਕੀ ਜਿਹੜਾ ਇਹ ਜਾਇਜ਼ ਮੁੱਲ ਪਾਵਾਂਗੇ ਤੇ ਫੇਰ ਹੀ ਕੋਈ ਪੈਸਾ ਭਰਾਂਗੇ। ਨਹੀਂ, ਹੋਰ ਹੋਰ ਹੈਗਾ ਬਾਈ ਜੀ? ਹਾਂਜੀ, ਫੇਰ ਹੀ ਫਾਇਦਾ ਹੋਵੇਗਾ ਨਹੀਂ ਜੀ? ਮੁੱਲ ਸੰਦੀਪ ਜੀ ਇਹਦਾ 1-10 ਕਰਦੇ ਆ। ਹਾਂਜੀ, ਤੇ ਬਾਕੀ ਚਲੋ ਆਏ ਬੰਦੇ ਦਾ ਮਾਣ ਤਾਣ ਕਰਦਾਂਗੇ, ਬਾਕੀ ਸੀਲ ਸਲਾ ਕੇ ਆ ਵੇਖੋ। ਹਾਂਜੀ ਹਾਂਜੀ, ਇੱਕੋ ਹੀ ਗੱਲ ਕਰ ਦੋ ਕਿ ਆਪਾਂ ਇਹਨੇ ਦੇਣੀ ਆ 2000। ਸੰਦੀਪ ਜੀ ਘੱਟ ਕਰ ਦਈਏ, ਇਹ ਕੱਢ ਦੇ ਦੇਰੋਗੇ? ਹਾਂਜੀ, 1-5 ਦੀ ਦੇ। ਚਲੋ ਕਰ ਦੇ ਜੇ 1-5 ਦੀ, ਬਾਕੀ ਆਏ ਕੇ ਇਹਦਾ ਮਾਣ ਤਾਣ ਕਰਦਾਂਗੇ। ਠੀਕ ਹੈ ਠੀਕ ਹੈ, ਇਧਰ ਆ ਜਾਓ। ਇਹ ਵੀ ਸੂਈ ਹੈ ਜੀ, ਹਨਾ? ਹਾਂਜੀ, ਇਹ ਵੀ ਸੂਈ ਵੀਰ ਜੀ। ਇਹ ਸੂਆ ਜੀ? ਇਹ ਵੀ ਸੂਆ ਪਹਿਲਾ ਵੀ। ਅੱਛਾ, ਪਹਿਲਾ ਸੂਆ ਵਿਖਾ ਲਓ ਤੇ ਠੰਡੀ ਵੇਖੋ ਕਿੰਨੀ ਆ। ਹਾਂ ਹਾਂ, ਠੰਡ ਦੀ ਕੁਆਲਿਟੀ ਵਿਖਾ ਲਓ ਤੇ ਇੱਧਰ ਵੇਖੋ ਸੀਲ ਠੰਡੀ। ਨਹੀਂ ਨਹੀਂ ਠੀਕ ਵੇਖੋ, ਠੀਕ ਪਹਿਲਾਂ ਝੋਟੀਆਂ ਦੀ ਤੇ ਹੱਥ ਹੀ ਨਹੀਂ ਲਾਉਣ ਦੇ। ਤੇ ਬਾਜੀ ਦੁੱਧ ਕਿੰਨਾ ਸਹੀ? ਦੁੱਧ ਇਹ ਕੋਈ ਸੰਦੀਪ ਜੀ 10 ਕਿਲੋ। 10 ਕਿਲੋ ਹੈ? 10 ਕਿਲੋ ਹੈਗਾ। ਤੇ ਇਹ ਸੰਦੀਪ ਜੀ 4-5 ਦਿਨਾਂ ਦੀ ਸੂਈ ਆ, ਉਹ ਜੋ ਬੱਚਾ ਇਹਦਾ ਕੱਟੀ ਮਗਰ ਕਟਾਈ, ਇਹਦੇ ਮਗਰ ਵੀ ਕੱਟਾ, ਤਿੰਨੇ ਕੱਟੇ ਕੱਟੇ ਆ। ਖੋਲੋ। ਹਾਂਜੀ ਹਾਂਜੀ, ਲਓ ਜੀ ਦੇਖੋ ਜੀ, ਇਹ ਵੀ ਸੂਆ ਪਹਿਲਾ ਹੀ ਦੂਜਾ? ਇਹ ਪਹਿਲਾ ਵੀ। ਅੱਛਾ, ਪਹਿਲਾ 4 ਦਿਨ ਝੋਟੀ ਹੈ? ਆ ਦੇ ਫਿਰ ਸੋਹਣੀ ਝੋਟੀ ਨੇ, ਵੱਡੀਆਂ ਝੋਟੀਆਂ ਪੂਰੀਆਂ। ਤੇ ਧੋਰੇ ਨੂੰ ਮੇਰਾ ਵੀਰ, ਚੰਗੇ ਕੱਦ ਕਾੜ ਝੋਟੀਆਂ ਧੋਰ ਲਓ। ਬਾ ਠੀਕ ਆ, ਆ ਜਾਓ ਜੀ, ਆ ਜਾਓ ਆ ਜਾਓ। ਬਾਕੀ ਸਰੀਰ ਦੇ ਸੀ
ਬਿਲਕੁਲ ਜੀ ਬਿਲਕੁਲ ਬਿਲਕੁਲ ਬਾਕੀ ਇਹੋ ਜਿਹੀ ਗੱਲ ਇੱਥੇ ਖਿਲਾਰ ਕੇ ਇੱਥੇ ਬਹਿ ਜਾਓ ਪਹਿਲਾਂ ਕੱਟੀ ਬਹਿ ਨਹੀਂ ਦਿੰਦੀ ਸਲੇ ਹਾਂਜੀ 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 ਆ ਵੇਖ ਲੋ ਇਦਾਂ ਠੰਡੀਆਂ ਸੀ ਨਹੀਂ ਸਲਾਗ ਆ ਬਸ ਆਹੀ ਚੀਜ਼ਾਂ ਖਾਸ ਦੇ ਵਿੱਚ ਨੇ ਤਾਂ ਵੀ ਇਦਾਂ ਦੀਆਂ ਰੂ ਵਾਂਗੂ ਪੋਲੀ ਭਾਵੇਂ ਬੱਚਾ ਚੂਲੇ ਠੀਕ ਹੈ ਠੀਕ ਇਹਦਾ ਆ ਜੋ ਬੱਚਾ ਅੱਛਾ ਆ ਬੱਚਾ ਹੈ ਤਾਜ਼ੀ ਹੈ ਮਦਮ ਸਾਹਿਬ ਤਾਜ਼ੀ ਹੈ ਜੀ ਤੇ ਭਾਜੀ ਬੰਦੀ ਕੀਮਤ ਇਹਦਾ ਵੀਰ ਜੀ ਜਾਂ ਜੀ ਮੁੱਲ ਕਰਨਾ ਆਪਾਂ ਹਾਂਜੀ 1 10 1 10 ਇੰਦੇ ਤੋਂ ਇਹ ਵੀ ਜਸ ਨੋਏ ਜਿੰਨੇ ਦੀ ਮੁੰਡੇ ਨੇ ਕਹਤਾ ਵੀ 1 5 1 5 ਦੇ ਦੋਗੇ ਵੀ ਚਲੋ ਜਾਂ ਕੋਟ ਕਰ ਦਾਂਗੇ ਚਲੋ ਕੋਈ ਕਰਦੇ ਮੁੱਕੇ ਕਰਦੇ ਹਾਂਜੀ ਹਾਂਜੀ ਚਾਹ ਵੀਰ ਜੀ ਇਹ ਵੀ ਵੀਰ ਜੀ 4 ਦੰਦ ਜੋ ਹਾਂਜੀ ਤੇ ਥਣ ਥਣ ਪਛਮਾ ਕੇ ਬਹੁਤ ਚੰਗਾ ਕੱਢਦੀ ਏ ਝੋਟੀ ਹਾਂਜੀ ਹਾਂਜੀ ਤੇ ਕੱਦ ਵੇਖ ਲਓ ਮੁੰਡਾ ਦੇ ਲੱਗ ਬਰਾਬਰ ਹੀ ਆ ਬਿਲਕੁਲ 5.5 ਫੁੱਟ ਮੁੰਡੇ ਦਾ ਕੱਦ ਹੋਦੀ ਝੋਟੀ ਆ ਦੁੱਧ ਕਿੰਨਾ ਇਹਦੇ ਥਲੇ ਦੁੱਧ ਦੇਰ ਕੋਈ ਵੀਰ ਜੀ 10 ਹੋ ਜੇ 11 ਵੱਧ ਆਪਾਂ ਘੱਟ ਦੱਸਣਾ ਅਗਲੇ ਘਰ ਕਿਲੋ ਵੱਧ ਹਾਂ ਬਾਜੀ ਬਾਤ ਬਾਤ ਬਾਕੀ ਇਹ ਜੇ ਭਾਈ ਛੋਟੀਆਂ ਮੈਂ ਪਹਿਲੀ ਵੀਡੀਓ ਆਪਾਂ ਮੁੱਲ ਵੀ ਇਹਨਾਂ ਦਾ ਜਿਆਦੀ ਵੀਰ ਜੀ ਬਿਲਕੁਲ ਜੀ ਚਾਹੀਦਾ ਵੀ ਆਈ ਹਾਂਜੀ ਤੇ ਤੋਰੋ ਵੀਰ ਜੀ ਵੀ ਲੋ ਜੀ ਇੱਕੋ ਬਰਾਬਰ ਸੋਹਣੀ ਝੋਟੀਆਂ ਚੰਗੀਆਂ ਕੁਆਲਿਟੀ ਲਿਆਓ ਆ ਲੈ ਇਹ ਮੁਸ਼ਰਾ ਸਿੰਘ ਸੁੰਗ ਬਖਾਈਏ ਮੁੰਡੇ ਠੀਕ ਹੈ ਝੋਟੇ ਜਾਲੇ ਲੈ ਕੇ ਆਉਂਦੇ ਹੋਗੇ 7 ਪੈਣਗੇ ਜਾਲੇ ਲੈ ਕੇ ਆਉਂਦੇ ਝੋਟੀਆਂ ਹਾਂਜੀ ਉਧਰੋਂ ਤੇ ਸ਼ਰੀਫ ਜੀ ਕਿਸੇ ਵੇਲੇ 4 ਲੈ ਆਈਆਂ ਕਿਸੇ ਵੇਲੇ 3 ਲੈ ਆਈਆਂ ਕੈਂਟਰ ਗੱਡੀ ਸਾਨ ਹਨਾ ਜੀ ਕਿਸੇ ਵੇਲੇ ਇੱਥੋਂ ਵੀ ਮਾਲ ਲੈ ਲੈਦਾ ਗਾਈਆਂ ਗੁਈਆਂ ਹਾਂਜੀ ਠੀਕ ਆ ਫਿਰ ਹਾਂਜੀ ਹਾਂ ਸਰਕਲ ਵੇਖਣਾ ਜੀ ਆਪਦਾ ਤੋਰ ਇਹਦਾ ਬੱਚਾ ਆ ਜੋ ਸ਼ਰੀਫ ਜੀ ਅੱਛਾ ਆ ਬੱਚਾ ਜੀ ਹਾਂਜੀ ਹਾਂਜੀ ਇਹ ਵੀ ਕੱਟਾ ਮੈਲੇ ਹਜੇ ਮਾਰ ਨਹੀਂ ਹੈ ਝੋਟੀਆਂ ਹਨਾ ਜੀ ਮੈਲੇ ਤੇ ਆਉਣੀਆਂ ਨੇ ਭਾਜੀ ਬਿਲਕੁਲ ਜੀ ਬਿਲਕੁਲ ਹਾਂਜੀ ਵੀਰ ਜੀ ਬੋਲੋ ਇਹਦਾ ਮੁੱਲ ਵੀ ਸੰਦੀਪ ਜੀ ਆਪਾਂ ਜੈ ਜੀ ਪੋਣਾ ਇਹਦਾ ਜੈ ਜੀ 1 15 1 15 ਹਾਂਜੀ ਇਹੋ ਇਹੋ ਜਿਹਾ ਚਲੋ ਵੀਡੀਓ ਵੇਖੀਆਂ ਲੋਕੀ 30 ਪਾਉਣ ਦੇ ਹਾਂਜੀ ਆਪਾਂ ਪਹਿਲਾਂ ਮੁੱਲ ਜੈਜ ਪਾਵਾਂਗੇ ਫੇਰ ਪਸ਼ੂ ਵੇਖ ਬਿਲਕੁਲ ਜੀ ਬਿਲਕੁਲ ਬਿਲਕੁਲ ਇਹਦਾ ਮੁੱਲ 1 15 ਕਰਨਾ ਹਾਂਜੀ ਤੇ ਬਾਕੀ ਜਸ ਨੂੰ ਹਾਂ ਵਾਲੀ ਗੱਲ ਆ 3 ਵਿੱਚੋਂ ਘੱਟ ਕਰ ਲਓ ਬਾਕੀ ਸੰਦੀਪ ਡੇਰੀ ਫੇਰਾਂ ਵੇਖਣ ਵਾਲਿਆਂ ਨੂੰ ਸਤਿ ਸ੍ਰੀ ਅਕਾਲ ਤੇ ਬਾਕੀ ਸੰਦੀਪ ਸਾਹਿਬ ਤੁਹਾਡਾ ਧੰਨਵਾਦ ਦਰਸ਼ਨ ਹੋਏ ਆ ਬਹੁਤ ਬਹੁਤ ਧੰਨਵਾਦ ਤੇ ਬਾਕੀ ਭੈਣ ਭਰਾਵਾਂ ਦੇ ਸਹਿਯੋਗ ਨਾਲ ਹੀ ਇੱਕ ਹਾਂਜੀ ਬਿਲਕੁਲ ਜੀ ਬਿਲਕੁਲ ਜੀ ਕੱਲਾ ਕੋਈ ਨਹੀਂ ਵੱਡਾ ਨਾ ਭੈਣ ਭਰਾਵਾਂ ਦਾ ਸਾਥ ਚਾਹੀਦਾ ਚਲੋ ਆਪਾਂ ਕਹਿੰਦੇ ਜੀ ਕਿ ਵੇਖੋ ਨਵੇਂ ਬੰਦੇ ਨੂੰ ਬਾਅਦ ਤੋਂ ਸਪੋਰਟ ਕਰਨਾ ਜ਼ਰੂਰੀ ਹੈ ਇਹ ਅਸੀਂ ਆਪਣੀ ਦੀ ਇਹੋ ਸੋਚ ਆ ਵੀ ਚੰਗਾ ਪਸ਼ੂ ਲਿਆਈਏ ਹਾਂਜੀ ਜੀ ਤੇ ਭੈਣ ਭਰਾਵਾਂ ਨੂੰ ਚੰਗਾ ਦਈਏ ਬਿਲਕੁਲ ਜੀ ਕੋਈ ਸੰਦੀਪ ਸਾਹਿਬ ਹੋਣਾ ਦੀ ਡੇਰੀ ਫਾਰਮ ਦੀ ਸ਼ੋਭਾ ਕਰੇ ਬਿਲਕੁਲ ਜੀ ਕਿ ਗਏ ਹਾਂ ਤੇ ਚੰਗਾ ਪਸ਼ੂ ਮਿਲਿਆ ਬਾਜੀ ਬਾਤ ਬਾਕੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਧੰਨਵਾਦ ਸਤਿ ਸ੍ਰੀ ਅਕਾਲ